ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਅਤੇ ਮੈਂ ਹਾਂ ਗਗਨਦੀਪ ਸਿੰਘ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪੂਰੇ ਸਿੱਖ ਜਗਤ ਦੇ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ। ਇਸੇ ਦੌਰਾਨ ਮੋਗਾ ਅਤੇ ਧੂਰੀ ਦੇ ਇਲਾਕੇ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਕੱਢੇ ਗਏ। ਇਹਨਾਂ ਨਗਰ ਕੀਰਤਨ ਦੇ ਵਿੱਚ ਸੰਗਤ ਵੱਲੋਂ ਭਰਵੀਂ ਹਾਜ਼ਰੀ ਲਵਾਈ ਗਈ। ਦੱਸ ਦਈਏ ਕਿ ਅੰਤਾਂ ਦੀ ਠੰਡ ਹੋਣ ਦੇ ਬਾਵਜੂਦ ਵੀ ਸੰਗਤ ਨੇ ਨੰਗੇ ਪੈਰੀ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਲਵਾਈ। ਗੱਤਕਾ ਪਾਰਟੀਆਂ ਵੱਲੋਂ ਆਪਣੀ ਕਲਾ ਦੇ ਜੌਹਰ ਵਿਖਾਏ ਗਏ ਅਤੇ ਬੈਂਡ ਵਾਲਿਆਂ ਵੱਲੋਂ ਵੀ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਦੱਸ ਦਈਏ ਕਿ ਦੋਨਾਂ ਵਿਸ਼ਾਲ ਨਗਰ ਕੀਰਤਨਾਂ ਦੇ ਵਿੱਚ ਪੰਜ ਪਿਆਰੇ ਸਾਹਿਬਾਨਾਂ ਵੱਲੋਂ ਅਗਵਾਈ ਕੀਤੀ ਗਈ। ਇਸ ਗੁਰਪੁਰਬ ਬਾਰੇ ਕੀ ਕਹਿੰਦੀਆਂ ਨੇ ਸਿੱਖ ਸੰਗਤਾਂ, ਆਓ ਸੁਣਦੇ ਹਾਂ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਨਾਲ ਨੌਜਵਾਨ ਬੱਚਿਆਂ ਨੇ ਪੂਰਾ ਪੂਰਾ ਸਾਥ ਸਾਨੂੰ ਦਿੱਤਾ ਹੈ। ਬੜੇ ਉਤਸ਼ਾਹ ਨਾਲ ਅਸੀਂ ਨਗਰ ਕੀਰਤਨ ਕੱਢ ਰਹੇ ਹਾਂ। ਕਹੋਗੇ ਇਸ ਨਗਰ ਕੀਰਤਨ ਬਾਰੇ? ਬਹੁਤ ਖੁਸ਼ੀ ਦੀ ਗੱਲ ਹੈ, ਜਿਹੜਾ 357ਵਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜੇ 'ਤੇ ਧੂਰੀ ਪਿੰਡ ਗੁਰਦੁਆਰਾ ਸਾਹਿਬ ਵੱਲੋਂ ਨਗਰ ਕੀਰਤਨ ਕੱਢਿਆ ਜਾ ਰਿਹਾ। ਇਹ ਜੀ ਆਪਣੇ ਸਦਰ ਬਾਜ਼ਾਰ ਹੋ ਕੇ ਅੰਬੇਦਕਰ ਚੌਂਕ ਔਰ ਬੇੜਾ ਦਰਵਾਜ਼ਾ ਵਾਪਸੀ ਅਰਵਿਦਾਸ ਮੰਦਿਰ ਧੂਰੀ ਪਿੰਡ ਵਾਪਸ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ।